ਕਾਜਲ ਹੈ। ਪਹਿਲਾਂ ਮੈਨੂੰ ਮੇਰੇ ਘਰ ਦੇ ਰੋਕ ਦਿੰਦੇ ਸੀ ਕਿ ਤੂੰ ਕਿਤੇ ਖੇਡਣ ਨਹੀਂ ਜਾਣਾ, ਕੁੜੀਆਂ ਖੇਡਦੀਆਂ ਨਹੀਂ ਹੁੰਦੀਆਂ, ਕੁੜੀਆਂ ਕੇਵਲ ਘਰ ਦਾ ਕੰਮ ਕਰਦੀਆਂ ਹਨ। ਪਰ ਜਦੋਂ ਦੀ ਮੈਂ ਬਾਇਓਪਸੀ ਨਾਲ ਜੁੜੀ ਹਾਂ, ਮੇਰੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਆ ਗਿਆ ਹੈ, ਮੇਰੇ ਪਰਿਵਾਰ ਵਾਲਿਆਂ ਦੀ ਸੋਚ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ। ਹੁਣ ਮੇਰੇ ਘਰ ਦੇ ਕੁੜੀਆਂ ਅਤੇ ਮੁੰਡਿਆਂ ਨੂੰ ਬਰਾਬਰ ਸਮਝਦੇ ਹਨ। ਪਹਿਲਾਂ ਮੈਂ ਵੀ ਮੁੰਡਿਆਂ ਨਾਲ ਗੱਲ ਕਰਨ ਵਿੱਚ ਬਹੁਤ ਡਰਦੀ ਸੀਗੀ, ਪਰ ਹੁਣ ਮੈਨੂੰ ਵੀ ਪਤਾ ਹੈ ਔਰ ਮੈਂ ਜਿਸ ਸਮਾਜ ਵਿੱਚ ਰਹਿ ਰਹੀ ਹਾਂ ਉੱਥੇ ਕੁੜੀਆਂ ਅਤੇ ਮੁੰਡਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ, ਅਤੇ ਇਹ ਸਭ ਕੁਝ ਬਾਇਓਪਸੀ ਦੀ ਬਦੌਲਤ ਹੈ। ਥੈਂਕ ਯੂ।